ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਆ ਜੱਜ ਸਿੰਘ ਚਾਹਲ। ਲੁਧਿਆਣਾ ਵਿੱਚ ਰਾਜੀਵ ਗਾਂਧੀ ਦੇ ਬੁੱਤ ਨਾਲ ਛੇੜਛਾੜ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਗਲ ਮੁਸੀਬਤ ਆਪ ਹੀ ਪਾਲੇ ਲੱਗਦੀ ਹੈ। ਹੁਣ ਪੁਲਿਸ ਨੇ ਇਹਨਾਂ ਵਰਕਰਾਂ ਤੇ ਤਸ਼ੱਦਦ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਦੇ ਪੱਖ ਵਿੱਚ ਖੜਿਆ ਹੋਇਆ ਦਿਖਾਈ ਦੇ ਰਿਹਾ ਹੈ। SHO ਨੂੰ ਗੱਲ ਕਰੋ ਤਾਂ ਕਹਿੰਦੇ ਉੱਪਰੋਂ ਹਦਾਇਤ ਹੈ, DSP ਨਾਲ ਗੱਲ ਕਰੋ ਉੱਪਰੋਂ ਹਦਾਇਤ ਹੈ, SP ਨਾਲ ਗੱਲ ਕਰੋ ਉੱਪਰੋਂ ਹਦਾਇਤ ਹੈ। ਉਹ ਯਾਰ, ਤੁਸੀਂ ਗੋਸ਼ੇ ਤੇ ਮੀਤਪਾਲ ਨੂੰ ਤਾਂ ਕੁੱਟੀ ਜਾਂਦੇ ਹੋ ਕਿ ਦੱਸੋ ਤੁਹਾਡੇ ਮਗਰ ਕੌਣ ਹੈ? ਸਾਨੂੰ ਪੁਲਿਸ ਦੱਸੇ ਕਿ ਇਹਨਾਂ ਦੇ ਪਿੱਛੇ ਕੌਣ ਹੈ ਜਿਹੜੀ ਕਹਿ ਕੇ ਇਹਨਾਂ ਨੂੰ ਕੁੱਟਵਾ ਰਹੀ ਹੈ। ਮੈਂ ਸਮਝਦਾ ਕਿ ਆਜ਼ਾਦ ਹਿੰਦੁਸਤਾਨ ਦੀ ਹਿਸਟਰੀ 'ਤੇ ਇੱਦੋਂ ਵੱਡਾ ਕਲੰਕ ਨਹੀਂ ਹੋ ਸਕਦਾ। ਸ਼੍ਰੋਮਣੀ ਅਕਾਲੀ ਦਲ ਨੇ ਇਸ ਸਾਰੇ ਮਸਲੇ ਨੂੰ ਹੁਣ ਧਾਰਮਿਕ ਮਸਲਾ ਵੀ ਬਣਾ ਲਿਆ ਹੈ, ਕਿਉਂਕਿ ਇਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਗੁਰਸਿੱਖਾਂ ਦੇ ਕਕਾਰਾਂ ਦੇ ਨਾਲ ਬੇਅਦਬੀ ਕੀਤੀ ਗਈ ਹੈ। ਦੁਨੀਆ ਕਿੱਥੇ ਪਹੁੰਚ ਗਈ ਹੈ? ਇੱਥੇ 3rd degree ਮੈਥਡ ਅਡੋਪਟ ਕਰ ਰਹੇ ਨੇ ਕਿਸ ਕੰਮ ਲਈ? ਉਸ ਸਿੱਖਾਂ ਦੇ ਕਾਤਲ ਦਾ ਮੂੰਹ ਕਾਲਾ ਹੋਣ 'ਤੇ ਇਹ ਸਿੱਖਾਂ ਦੀਆਂ ਦਾੜੀਆਂ ਪੱਟ ਰਹੇ ਨੇ, ਸਿੱਖਾਂ ਦੇ ਕੇਸ ਪੱਟ ਰਹੇ ਨੇ। ਜੇ ਪੰਜਾਬ ਵਿੱਚ ਸਿੱਖ ਦੀ ਇੱਜ਼ਤ ਸੇਫ ਨਹੀਂ ਗਈ ਤਾਂ ਸਿੱਖ ਬਾਹਰ ਕਿੱਥੇ ਜਾਊਗਾ? ਮੈਂ ਸਮਝਦਾ ਇੱਦੋਂ ਵੱਡੀ ਲਾਹਣਤ ਇਸ ਪੰਜਾਬ ਦੀ ਸਰਕਾਰ ਮੌਜੂਦਾ ਸਰਕਾਰ 'ਤੇ ਨਹੀਂ ਹੋ ਸਕਦੀ। ਹੁਣ ਉਹ ਦੋਨੋਂ ਬਿਆਨ ਬੰਦੇ ਕੋਰਟ 'ਚ ਰਿਕਾਰਡ ਕਰਾ ਰਹੇ ਨੇ ਕਿ ਜਿਵੇਂ ਉਹਨਾਂ ਦੇ ਕੇਸ ਪੱਟੇ ਗਏ ਆ। ਇਸ ਗੱਲ ਦਾ ਪੰਜਾਬ ਦੀ ਸਰਕਾਰ ਨੂੰ ਲੋਕਾਂ ਨੂੰ ਜਵਾਬ ਦੇਣਾ ਪਊਗਾ। ਇਸ ਤੋਂ ਵੀ ਇੱਕ ਕਦਮ ਅੱਗੇ ਵੱਧ ਕੇ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਪੁਲਿਸ ਅਫਸਰਾਂ ਨੂੰ ਵੀ ਧਮਕੀ ਦੇ ਦਿੱਤੀ ਹੈ ਜਿਨ੍ਹਾਂ ਨੇ ਕਿ ਇਹ ਤਸ਼ੱਦਦ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਨੇ। ਕੋਰਟ 'ਚ ਵਕੀਲ ਸਾਹਿਬ ਨੇ ਐਪਲੀਕੇਸ਼ਨ ਦਿੱਤੀ ਹੈ ਕਿ ਜਿਹੜੇ ਜਿਹੜੇ ਪੁਲਿਸ ਅਫਸਰ ਗੋਸ਼ੇ ਅਤੇ ਮੀਤਪਾਲ ਦੇ ਕੇਸ ਪੱਟਣ ਅਤੇ ਦਾੜੀ ਪੱਟਣ ਲਈ ਜ਼ਿੰਮੇਵਾਰ ਨੇ ਅਤੇ 3rd degree, ਤੁਸੀਂ ਮੈਨੂੰ ਹੈਰਾਨੀ ਹੈ ਕਿ ਇਹਨਾਂ ਨੂੰ ਲੋਕਅਪ 'ਚੋਂ ਕੱਢ ਕੇ, ਕਿਉਂਕਿ ਉੱਥੇ CC ਕੈਮਰਾ ਲੱਗਿਆ, ਪਾਸੇ ਲਗਾਏ, ਪਾਸੇ ਲਿਜਾ ਕੇ ਸਾਰੀ ਰਾਤ ਕੁੱਟਿਆ, ਸਵੇਰੇ ਦਿਨ ਚੜ੍ਹਨ ਤੋਂ ਪਹਿਲਾਂ ਉੱਥੇ ਲਿਆਂਦਾ ਅਤੇ ਸਵੇਰੇ ਜਦ ਇਹਨਾਂ ਨੇ ਵਿਜੇਪਾਲ ਆ ਕੇ ਵਿਜੇ ਕੁਮਾਰ SHO ਉਹਨੂੰ ਦੱਸਿਆ, ਉਹ ਕਹਿੰਦਾ ਮੈਂ ਕੋਈ ਨਹੀਂ ਦੇਖੂੰਗਾ, ਮੇਰੀ ਮਜਬੂਰੀ ਹੈ। ਮੈਨੂੰ ਅਫਸੋਸ ਹੈ, ਇਹ ਕਿਹੜੀਆਂ ਮਜਬੂਰੀਆਂ ਨੇ? ਸਮੇਂ ਬਦਲਦੇ ਰਹਿੰਦੇ ਆ, ਸਰਕਾਰਾਂ ਬਦਲਦੀਆਂ ਰਹਿੰਦੀਆਂ, ਇਤਿਹਾਸ ਆਪਣੀ ਪੈਰਵੀ ਆਪ ਕਰਦਾ। ਜਿਹੜੇ ਲੋਕ ਜ਼ੁਲਮ ਕਰਦੇ ਨੇ ਉਹਨਾਂ ਨੂੰ ਕਾਨੂੰਨ ਕਦੇ ਬਖਸ਼ੂਗਾ ਨਹੀਂ, ਸੂਨਰ ਔਰ ਲੇਟਰ ਸੱਜਣ ਕੁਮਾਰ ਵਾਂਗੂ ਇਹਨਾਂ ਨੂੰ ਵੀ ਸਜ਼ਾ ਮਿਲੂ, ਜ਼ਿਆਦਤੀ ਕਰਨਾ। ਦਰਅਸਲ ਲੁਧਿਆਣਾ ਦੇ ਸ਼੍ਰੋਮਣੀ ਅਕਾਲੀ ਦਲ ਦੇ 2 ਵਰਕਰ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁਗਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ, ਕਿਉਂਕਿ ਉਹਨਾਂ ਨੇ ਲੁਧਿਆਣਾ ਦੇ ਰਾਜੀਵ ਗਾਂਧੀ ਦੇ ਬੁੱਤ ਤੇ ਕਾਲਖ ਮਲੀ ਸੀ ਅਤੇ ਹੱਥਾਂ ਤੇ ਲਾਲ ਰੰਗ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ ਕਿ ਰਾਜੀਵ ਗਾਂਧੀ 1984 ਦੇ ਕਤਲੇਆਮ ਦਾ ਮੁੱਖ ਦੋਸ਼ੀ ਹੈ, ਇਸ ਕਰਕੇ ਉਸ ਦਾ ਮੂੰਹ ਕਾਲਾ ਕੀਤਾ ਗਿਆ ਹੈ। ਪਰ ਇਸ ਤੋਂ ਬਾਅਦ ਪੰਜਾਬ ਦੀ ਕਾਂਗਰਸ ਸਰਕਾਰ, ਖਾਸ ਤੌਰ ਤੇ ਸਰਕਾਰ ਦਾ ਮੁਖੀਆ ਕੈਪਟਨ ਅਮਰਿੰਦਰ ਸਿੰਘ ਕਾਫੀ ਗੁੱਸੇ ਵਿੱਚ ਦਿਖਾਈ ਦੇ ਰਹੇ ਨੇ। ਉਸ ਤੋਂ ਬਾਅਦ ਹੀ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਇਹਨਾਂ ਜੋ ਵੀ ਹਰਕਤ ਜਿਨ੍ਹਾਂ ਨੇ ਕੀਤੀ ਹੈ ਉਹਨਾਂ ਤੇ ਸਖਤ ਕਾਰਵਾਈ ਹੋਏਗੀ, ਅਤੇ ਅਜਿਹਾ ਹੀ ਹੁੰਦਾ ਦਿਖਾਈ ਵੀ ਦੇ ਰਿਹਾ। ਸ਼੍ਰੋਮਣੀ ਅਕਾਲੀ ਦਲ ਉਹਨਾਂ ਦੀ ਪੂਰੀ ਪੈਰਵਾਈ ਕਰਦਾ ਦਿਖਾਈ ਦੇ ਰਿਹਾ, ਪਰ ਉਹਨਾਂ ਦੀ ਪੈਰਵੀ ਇਸ ਵੇਲੇ ਕਿਸੇ ਵੀ ਕੰਮ ਨਹੀਂ ਆ ਰਹੀ, ਕਿਉਂਕਿ ਪੁਲਿਸ ਕਸਟਡੀ ਦੇ ਵਿੱਚ ਉਹਨਾਂ ਤੇ ਤਸ਼ੱਦਦ ਹੋਇਆ ਦੱਸਿਆ ਜਾਂਦਾ ਹੈ। ਜਿਵੇਂ ਕਿ ਮਹੇਸ਼ਇੰਦਰ ਗਰੇਵਾਲ ਨੇ ਇੱਥੇ ਸਾਰੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਪਰ ਇਸ ਦੇ ਬਾਵਜੂਦ ਗੁਰਦੀਪ ਸਿੰਘ ਗੋਸ਼ਾ ਅਤੇ ਮੀਤਪਾਲ ਸਿੰਘ ਦੁਗਰੀ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਨੇ। ਉਹਨਾਂ ਨੂੰ 14 ਦਿਨ ਦੀ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਹੈ, ਪਰ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਉਹਨਾਂ ਨਾਲ ਜਿੱਥੇ ਖੜਿਆ ਹੈ, ਉੱਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਵਾਰ ਫਿਰ ਤੋਂ ਆਪਣੀ ਵਚਨਬੱਧਤਾ ਦੁਹਰਾ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿੱਥੇ ਵੀ ਅਜਿਹੀ ਗੱਲ ਹੋਏਗੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ। ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਲੁਧਿਆਣਾ ਤੋਂ ਇਲਾਵਾ ਵੀ ਉਸ ਤੋਂ ਬਾਅਦ ਵੀ ਰਾਜੀਵ ਗਾਂਧੀ ਦੇ ਬੁੱਤਾਂ ਦੇ ਨਾਲ ਛੇੜਛਾੜ ਹੋਣੀ ਹੋਰ ਜਗ੍ਹਾਵਾਂ ਤੇ ਵੀ ਸ਼ੁਰੂ ਹੋ ਚੁੱਕੀ ਹੈ। ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਰਾਜੀਵ ਗਾਂਧੀ ਦੇ ਬੁੱਤ ਨਾਲ ਛੇੜਛਾੜ ਹੋਈ ਹੈ। ਇਹ ਹਾਲਾਤ, ਇਹ ਘਟਨਾਵਾਂ ਹੋਰ ਵੀ ਵਧਦੀਆਂ
ਦਿਖਾਈ ਦੇ ਰਹੀਆਂ ਨੇ, ਭਾਵੇਂ ਕਿ ਪੰਜਾਬ ਸਰਕਾਰ ਇਸ 'ਤੇ ਕਾਫੀ ਸਖਤੀ ਵਰਤਦੀ ਦਿਖਾਈ ਦੇ ਰਹੀ ਹੈ। ਪਰ ਇੱਥੇ ਇੱਕ ਸਵਾਲ ਹੁਣ ਅਸੀਂ ਤੁਹਾਡੇ ਤੋਂ, ਪੰਜਾਬ ਦੇ ਲੋਕਾਂ ਤੋਂ ਪੁੱਛ ਲੈਣਾ ਚਾਹੁੰਦੇ ਹਾਂ ਕਿ ਕੀ ਇਹ ਗੁਨਾਹ ਇੰਨਾ ਵੱਡਾ ਸੀ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਇੰਨਾ ਵੱਡਾ ਤਸ਼ੱਦਦ ਕੀਤਾ ਗਿਆ ਹੈ, ਜਿਵੇਂ ਕਿ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਇੱਥੇ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਕਹੇ ਦੇ ਅਨੁਸਾਰ ਥਰਡ ਡਿਗਰੀ ਟੋਰਚਰ ਇਹਨਾਂ ਵਰਕਰਾਂ ਨੂੰ ਕੀਤਾ ਗਿਆ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਗੁਨਾਹ ਦੇ ਲਈ ਥਰਡ ਡਿਗਰੀ ਟੋਰਚਰ ਬਣਦਾ ਸੀ? ਇਸ ਬਾਰੇ ਤੁਹਾਡੀ ਕੀ ਰਾਏ ਹੈ, ਇਸ ਵੀਡੀਓ 'ਤੇ ਕਮੈਂਟ ਕਰਕੇ ਆਪਣੀ ਰਾਏ ਖੁੱਲ੍ਹ ਕੇ ਬੇਬਾਕ ਹੋ ਕੇ ਜ਼ਰੂਰ ਦਿਓ। ਜੇਕਰ ਤੁਹਾਨੂੰ ਦ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਇਸ ਨੂੰ ਹੁਣੇ ਸਬਸਕ੍ਰਾਈਬ ਕਰ ਲਓ। ਮੈਂ ਜੱਜ ਸਿੰਘ ਚਾਹਲ ਅਗਲੀ ਵਾਰ ਫਿਰ ਹਾਜ਼ਰ ਹੋਵਾਂਗਾ। ਤੁਸੀਂ ਦੇਖਦੇ ਰਹੋ ਦ ਪੰਜਾਬ ਟੀਵੀ, ਹਰ ਖਬਰ ਦਾ ਸੱਚ। 1984 ਦੇ ਜਿਹੜੇ ਕਤਲੇਆਮ ਦੇ ਦੋਸ਼ੀ ਹੈ ਉਹਨਾਂ ਦੇ ਜਿਹੜੇ ਆਕਾ, ਉਹਨਾਂ ਨੂੰ ਖੁਸ਼ ਕਰਨ ਵਾਸਤੇ, ਉਹਨਾਂ ਨੂੰ ਵੀਡੀਓਜ਼ ਦਿਖਾਉਣ ਵਾਸਤੇ ਐਡਾ ਵੱਡਾ ਜ਼ੁਲਮ ਜਿਹੜਾ ਉਹ ਪੰਜਾਬ ਦੇ ਜਿਹੜੇ ਸਾਡੇ ਬੇਕਸੂਰ ਨੌਜਵਾਨ ਹੈ ਉਹਨਾਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਕਰ ਰਹੀ ਹੈ, ਜਿਹਨੂੰ ਅੱਖਰਾਂ ਦੇ ਵਿੱਚ ਬਿਆਨ ਕਰਨਾ ਬਹੁਤ ਔਖਾ ਕੰਮ। ਮੈਂ ਇਹਨਾਂ ਨੂੰ ਪੁੱਛਦਾ ਵੀ 34 ਸਾਲ ਤਾਂ ਤੁਸੀਂ ਸੱਜਣ ਕੁਮਾਰ ਕੋਲੋਂ ਰੈਜੀਗਨੇਸ਼ਨ ਵੀ ਨਹੀਂ ਲਿਆ, ਜਿੱਦਣ ਉਮਰ ਕੈਦ ਦੀ ਸਜ਼ਾ ਹੋ ਗਈ ਉਦਣ ਤੁਸੀਂ ਜਾ ਕੇ ਉਹਦੇ ਕੋਲੋਂ ਰੈਜੀਗਨੇਸ਼ਨ ਲੈ ਲਿਆ, ਅਤੇ ਇਹਨਾਂ ਨੇ ਉਹਦੇ ਨਾਲੋਂ ਵੱਡਾ ਕਿਹੜਾ ਜੁਰਮ ਕਰ ਦਿੱਤਾ ਸੀ ਕਿ ਤੁਸੀਂ ਘੰਟੇ ਦੇ ਵਿੱਚ ਫੜ ਕੇ ਪਰਚਾ ਦੇ ਕੇ ਅੰਦਰ ਦੇ ਕੇ ਔਰ ਅੱਜ ਇਹਨਾਂ ਦੇ ਨਾਲ ਇੰਨਾ ਮਾੜਾ ਵਿਵਹਾਰ ਰਾਤ ਨੂੰ ਕੀਤਾ? ਇਹ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਕਿ ਇਹ ਕਿੱਥੇ ਦਾ ਇਨਸਾਫ ਹੈ? ਤੁਹਾਡਾ ਮਕਸਦ ਸਿਰਫ ਇੰਨਾ ਹੀ ਸੀ ਕਿ ਕੋਈ ਮੰਤਰੀ ਉਹਦੇ ਘਰ ਤੋਂ ਆ ਕੇ ਅਤੇ ਦਿੱਲੀ ਫੋਟੋਆਂ ਭੇਜ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਆਹ ਦੇਖੋ ਅਸੀਂ ਉਹਨਾਂ ਦੇ ਜਿਹੜੇ ਹੈਗੇ ਰਿਸ਼ਤੇਦਾਰਾਂ ਦੇ ਘਰ ਢੁਆਤੇ, ਕੋਈ ਫੋਟੋਆਂ ਬਣਵਾ ਕੇ ਅਤੇ ਉੱਥੇ ਜਿਹੜੀਆਂ ਰਾਹੁਲ ਗਾਂਧੀ ਨੂੰ ਭੇਟ ਕਰਕੇ ਕੋਸ਼ਿਸ਼ ਕਰ ਲਿਆ ਕਿ ਦੇਖੋ ਜੀ ਅਸੀਂ ਕਿਵੇਂ ਬਦਲਾ ਲਿਆ। ਜਦੋਂ ਇੰਨਾ ਵੱਡਾ ਕਤਲੇਆਮ ਆਇਆ ਸੀ ਉਦੋਂ ਤੁਹਾਡੀ ਜ਼ਮੀਰ ਕਿੱਥੇ ਸੀ? ਇਹੋ ਜਿਹੀ ਜ਼ਮੀਰ ਜੇ ਇਹਨਾਂ ਲੋਕਾਂ ਦੀ ਜਿਹੜੇ ਸਾਡੇ ਇਸ ਵੇਲੇ ਪੰਜਾਬ ਦੇ ਹੁਕਮਰਾਨ ਹੈ ਉਦੋਂ ਜਾਗਦੀ, ਅਤੇ ਸ਼ਾਇਦ ਉਦੋਂ ਇਹ ਦਿੱਲੀ ਵਾਲਿਆਂ ਨੂੰ ਇਹ ਗੱਲ ਕਹਿੰਦੇ ਅਤੇ ਸ਼ਾਇਦ ਜਿਹੜੇ ਅੱਜ 34 ਸਾਲ ਤੱਕ ਪੀੜਿਤ ਪਰਿਵਾਰ ਘੁੰਮ ਰਹੇ ਆ ਉਹਨਾਂ ਨੂੰ ਕਿਤੇ ਇਨਸਾਫ ਟਾਈਮ ਸਿਰ ਮਿਲ ਜਾਂਦਾ। ਉਹਨਾਂ ਨੂੰ ਬਚਾਉਣ ਵਾਸਤੇ ਤਾਂ MP ਬਣਾਉਂਦੇ ਰਹੇ, ਮੰਤਰੀ ਬਣਾਉਂਦੇ ਰਹੇ, ਅਤੇ ਇਹ ਵਿਚਾਰੇ ਜਿਹੜੇ ਹੈਗੇ ਆ ਭਾਵਕ ਨੌਜਵਾਨ ਇਹਨਾਂ ਦੇ ਉੱਤੇ ਇੱਦਾਂ ਦਾ ਜ਼ੁਲਮ ਢਾਇਆ ਗਿਆ। ਇਸ ਕਰਕੇ ਇਹ ਅਦਾਲਤੀ ਕਾਰਵਾਈ ਅੱਜ ਪੂਰੀ ਤਰ੍ਹਾਂ ਅਸੀਂ ਉਹਦੀ ਪੈਰਵਾਈ ਪਾਰਟੀ ਵੱਲੋਂ ਵੀ ਕੀਤੀ ਹੈ ਔਰ ਉਹਨਾਂ ਨੂੰ ਲੌਜੀਕਲ ਕਨਕਲੂਜ਼ਨ ਤੱਕ ਲੈ ਕੇ ਜਾਵਾਂਗੇ। ਜਿਨ੍ਹਾਂ ਨੇ ਵੀ ਉਹਨਾਂ ਦੇ ਨਾਲ ਜ਼ਿਆਦਤੀ ਕੀਤੀ ਹੈ ਉਹਨਾਂ ਨੂੰ ਵੀ ਅਲਟੀਮੇਟਲੀ ਲਾਅ ਨੂੰ ਫੇਸ ਕਰਨਾ ਪਊਗਾ, ਭਾਵੇਂ ਸਾਨੂੰ ਹਾਈਕੋਰਟ ਜਾਣਾ ਪਵੇ ਭਾਵੇਂ ਕਿਤੇ ਜਾਣਾ। ਐਪਲੀਕੇਸ਼ਨ ਐਡਮਿਟ ਹੋ ਗਈ ਹੈ ਬਿਲਕੁਲ। ਚੀਮਾ ਜੀ ਕਾਂਗਰਸ ਕਹਿ ਰਹੀ ਹੈ ਕਿ ਜਿਹੜਾ ਬੇਅਦਬੀ ਕਾਂਡ ਹੋਇਆ ਸੀ ਉਹ ਜੇ ਅਕਾਲੀ ਦਲ ਫਸਦੀ ਪਈ ਸੀ ਇਸ ਕਰਕੇ ਉਹਨੂੰ ਧਿਆਨ ਨੂੰ ਭਟਕਾਉਣ ਵਾਸਤੇ ਹਰਕਤ ਹੋਈ। ਦੇਖੋ ਜਿਹੜੀ ਬੇਅਦਬੀ ਕਾਂਡ ਦੀ ਗੱਲ ਬੜੀ ਵਾਰੀ ਅੱਗੇ ਹੋ ਚੁੱਕੀ, ਅੱਜ ਮੈਂ ਸਮਝਦਾ ਕਿ ਤੁਸੀਂ ਕਿਸੇ ਦਿਨ ਇਹ 'ਤੇ ਖੁੱਲ੍ਹੀ ਡਿਬੇਟ ਰੱਖ ਲਿਓ, ਅਸੀਂ ਇਹਨਾਂ ਦੀਆਂ ਕਮਿਸ਼ਨਾਂ ਦੀਆਂ ਰਿਪੋਰਟਾਂ ਵੀ ਲੈਵਾਂਗੇ ਅਤੇ ਹੋਰ ਵੀ ਜਿਹੜੇ ਸਬੂਤ ਹੈ ਸਾਰੇ ਲੈਵਾਂਗੇ, ਉੱਤੇ ਗੱਲ ਕਰ ਲਾਂ। ਇਹ ਕੁਐਸਚਨ ਦੇ ਨਾਲ ਤੁਸੀਂ ਇਹ ਜਿਹੜਾ ਵੱਡਾ ਬੇਇਨਸਾਫੀ ਹੋਈ ਹੈ ਇਹਦੇ ਤੋਂ ਧਿਆਨ ਜਿਹੜਾ ਪਬਲਿਕ ਦਾ ਪਾਸੇ ਨਾ ਕਰੋ, ਮੇਰੀ ਤੁਹਾਨੂੰ ਰਿਕੁਐਸਟ ਹੈ। ਤੁਹਾਡੀ ਵੀ ਡਿਊਟੀ ਬਣਦੀ ਹੈ ਕਿ ਜਦੋਂ ਹਿਊਮਨ ਰਾਈਟਸ ਵਾਇਲੇਟ ਹੋ ਰਹੇ ਹੋ ਪੜ੍ਹੇ ਲਿਖੇ ਨੌਜਵਾਨਾਂ ਦੇ ਜਿਨ੍ਹਾਂ 'ਚੋਂ ਇੱਕ ਐਡਵੋਕੇਟ ਹੈ, ਇਸ ਤਰੀਕੇ ਉਹਨਾਂ ਨੂੰ ਹਿਊਮੀਲੇਟ ਕਰਨਾ, ਉਹਨਾਂ ਦੇ ਧਾਰਮਿਕ ਜਜ਼ਬਾਤਾਂ ਨੂੰ ਠੇਸ ਪਹੁੰਚਾਉਣੀ, ਉਹਨਾਂ ਦੇ ਜਿਵੇਂ ਗਰੇਵਾਲ ਵਾਲ ਪਟਵਾਉਣੇ, ਇਹ ਜੋ ਕੁਛ ਥਾਣਿਆਂ ਦੇ ਵਿੱਚ ਕਰਨਾ ਸ਼ੁਰੂ ਕੀਤਾ, ਇਹ 80 ਦੀ ਦੁਬਾਰਾ ਯਾਦ ਜਿਹੜੀ ਆ ਇਹ ਸਾਨੂੰ ਫਿਰ ਯਾਦ ਆਉਣੀ ਸ਼ੁਰੂ ਹੋ ਗਈ ਹੈ ਕਿ ਇਸ ਤਰ੍ਹਾਂ ਦੇ ਕੰਮ ਉਦੋਂ ਹੁੰਦੇ ਸੀ। ਅੱਜ ਕਿਹੜੇ ਪਾਸੇ ਜਿਹੜੀ ਹੈ ਇਹ ਸਰਕਾਰ ਜਿਹੜੀ ਹੈ ਪੰਜਾਬ ਨੂੰ ਫਿਰ ਧੱਕਣਾ ਚਾਹੁੰਦੀ ਹੈ, ਅਸੀਂ ਇਹਨਾਂ ਨੂੰ ਇਹ ਪੁੱਛਣਾ ਚਾਹੁੰਦੇ, ਐਡੀ ਕੀ ਕਾਹਲੀ ਸੀ? ਤੁਸੀਂ ਇੱਥੇ ਜਾਣਦੇ ਹੋ ਕਿੱਡੇ ਕਿੱਡੇ ਵੱਡੇ ਰੋਜ਼ ਕੰਮ ਹੁੰਦੇ ਆ, ਇਸ ਤਰੀਕੇ ਕਦੇ ਹੁੰਦਾ ਕਿ ਇੱਦਾਂ ਰਾਤੋਂ ਰਾਤ ਫੜ ਕੇ ਅੰਦਰ ਦੇ ਦਿਓ, ਉਹਨਾਂ ਦੇ ਬਿਲਡਿੰਗਾਂ ਢਾ ਦਿਓ, ਦੂਜੇ ਢਾ ਦਿਓ? ਸਿਰਫ ਇੱਕੋ ਗੱਲ ਹੈ ਕਿ ਉੱਥੇ ਦਿੱਲੀ ਵਾਲਿਆਂ ਨੂੰ ਅਸੀਂ ਖੁਸ਼ ਕਰੀਏ ਕਿ ਇੱਕ ਕਹਿ ਰਿਹਾ ਮੈਂ ਜ਼ਿਆਦਾ ਕੀਤਾ, ਦੂਜਾ ਕਹਿ ਰਿਹਾ ਮੈਂ ਜ਼ਿਆਦਾ ਵਫ਼ਾਦਾਰੀ ਨਿਭਾਈ, ਇਹ ਗਾਂਧੀ ਪਰਿਵਾਰ ਦੀ ਵਫ਼ਾਦਾਰੀ ਦੀ ਜਿਹੜੀ ਹੈ ਨਾ ਉਹਦੇ ਸਬੂਤ ਕਰਨ ਦੀ ਕੋਸ਼ਿਸ਼ ਕਰ ਰਹੇ।
ਹਾਂਜੀ ਹਾਂਜੀ ਐਸ ਆਈ ਟੀ ਨੇ ਮੈਨੂੰ ਬੁਲਾਇਆ ਜੀ 29 ਤਰੀਕ ਨੂੰ, ਉੱਥੇ ਮੈਂ ਪੂਰੇ ਟਾਈਮ 'ਤੇ ਜਿਹੜਾ ਉਹਨਾਂ ਨੇ ਦਿੱਤਾ ਉਹਦੇ ਪੂਰੇ ਟਾਈਮ 'ਤੇ ਉੱਥੇ ਜਾ ਕੇ ਹਾਜ਼ਰ ਰਹੂੰਗਾ। ਇਹ ਤਾਂ ਮੈਨੂੰ ਪਤਾ ਨਹੀਂ ਵੀ ਕਿਉਂ ਬੁਲਾਇਆ। ਜਦੋਂ ਉਹਨਾਂ ਨੂੰ ਦਰਸ਼ਨ ਕਰਾਂਗੇ ਉਦੋਂ ਬਾਅਦ ਜੋ ਜਾਣਕਾਰੀ ਹੋਈ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰੂੰਗਾ, ਪਰ ਮੈਂ ਉਹਨਾਂ ਨੇ ਫਰੀਦਕੋਟ ਕਿਹਾ ਸੀ ਮੈਂ ਪੂਰੇ ਟਾਈਮ 'ਤੇ ਉੱਥੇ ਹਾਜ਼ਰ ਹਾਂ। ਸ਼੍ਰੋਮਣੀ ਅਕਾਲੀ ਦਲ ਨਹੀਂ, ਸ਼੍ਰੋਮਣੀ ਕੁਛ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਵਾਨਿਆਂ ਨੇ ਇਹ ਮਹਿਸੂਸ ਕੀਤਾ ਕਿ ਜਿਹੜਾ ਕਾਨੂੰਨ ਦੀ ਪਾਲਣਾ ਨਹੀਂ ਹੋ ਰਹੀ। ਜੇ ਪੁਲਿਸ ਇਹ ਕਹਿ ਕੇ ਇੱਕ ਪਰਚਾ ਰਜਿਸਟਰ ਕਰ ਰਹੀ ਹੈ ਕਿ ਉਹ ਰਾਜੀਵ ਗਾਂਧੀ ਦੇ ਬੁੱਤ ਦੇ ਕਾਲਖ ਮਲੀ ਗਈ ਇਹ ਜੁਰਮ ਹੈ, ਅਤੇ ਉਹ ਜੁਰਮ ਦੇ ਵਿੱਚ ਫਿਰ ਜੁਰਮ ਦਾ ਮੁੱਦਾ ਖਤਮ ਕਰਨ ਵਾਲੇ ਵੀ ਮੁਜਲਮ ਨੇ, ਕਿਉਂਕਿ ਉਹ ਵੀ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਰਵਨੀਤ ਸਿੰਘ ਬਿੱਟੂ ਅਤੇ ਮੰਡ ਵਗੈਰਾ ਆਪਣਾ ਬੁੱਤ ਧੋ ਰਹੇ ਨੇ ਦਹੀਂ ਅਤੇ ਦੁੱਧ ਨਾਲ, ਅਤੇ ਉਹ ਮੰਡ ਤਾਂ ਆਪਣੀ ਪੱਗ ਲਾ ਕੇ ਰਾਜੀਵ ਦੇ ਪੈਰਾਂ 'ਚ ਰੱਖਤੀ, ਕਿਉਂਕਿ ਉਹਨੂੰ ਇਹ ਨਹੀਂ ਸੀ ਪਤਾ ਕਿ ਇਹ 5 ਗਜ਼ ਕੱਪੜਾ ਨੀਗਾ, ਇਹ ਗੁਰੂ ਗੋਬਿੰਦ ਸਿੰਘ ਅਤੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਦਿੱਤੀ ਨਿਸ਼ਾਨੀ ਹੈ, ਇਹ ਉਹਦੀ ਆਪਣੀ ਨਹੀਂ, ਇਹ ਸਿੱਖ ਪੰਥ ਦੀ ਅਮਾਨਤ ਹੈ ਜਿਹਨੇ ਸਰਦਾਰੀ ਦਿੱਤੀ ਹੈ। ਸੋ ਇਹ ਦਰਖਾਸਤਾਂ ਦਿੱਤੀਆਂ ਨੇ ਕਿ 201 ਰੈੱਡ ਵਿੱਚ ਸੈਕਸ਼ਨ 120B IPC ਤਾਂ ਰਵਨੀਤ ਸਿੰਘ ਬਿੱਟੂ 'ਤੇ ਪਰਚਾ ਦਰਜ ਹੋਵੇ ਫੋਰ ਡਿਸਟ੍ਰਕਸ਼ਨ ਆਫ ਐਵੀਡੈਂਸ, ਐਂਡ 295A ਦਾ ਉਹਦੇ ਨਾਲ ਗੁਰਸਿਮਰਨ ਸਿੰਘ ਮੰਡ 'ਤੇ ਹੋਵੇ। ਇੱਕ ਇੱਥੇ ਹਿੰਦੂ ਜੈਂਟਲਮੈਂਟ ਖੜ੍ਹੇ ਨੇ ਮਿਸਟਰ ਰਾਠੀ, ਉਹਨਾਂ ਨੇ ਦਿੱਤੀ ਹੈ ਕਿ ਜਿਹੜਾ ਸਾਡਾ ਹਿੰਦੂ ਧਰਮ ਹੈ ਉਹਦੇ ਵਿੱਚ ਜਿਹੜਾ ਦੁੱਧ ਨਾਲ ਆ ਕੇਵਲ ਅਤੇ ਕੇਵਲ ਉਹ ਸ਼ਿਵਲਿੰਗ ਦੀ ਜਿਹੜੀ ਹੈਗੀ ਆ ਸਥਾਪਨਾ ਵੇਲੇ ਧੋਤਾ ਜਾਂਦਾ ਹੈ, ਅਤੇ ਇਹ ਜਿਹੜਾ ਰਾਜੀਵ ਦਾ ਬੁੱਤ ਧੋ ਕੇ ਇਹਨਾਂ ਨੇ ਹਿੰਦੂ ਭਾਵਨਾਵਾਂ ਦੀ ਤੋਹੀਨ ਕੀਤੀ ਹੈ, ਇਸ ਕਰਕੇ ਸਾਡੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਲੱਗੀ ਹੈ, ਉਹਦਾ ਵੀ ਪਰਚਾ ਕੀਤਾ ਜਾਵੇ। ਅੱਛਾ ਗਰੇਵਾਲ ਸਾਹਿਬ, ਇੱਕ ਪੁਲਿਸ ਟੌਰਚਰ ਕਰ ਰਹੀ, ਉਹਦਾ ਬ੍ਰਦਰ ਵੀ ਤੁਹਾਨੂੰ ਮਿਲਿਆ ਗੋਸ਼ੇ ਦਾ? ਦੇਖੋ ਮੈਂ ਪੁਲਿਸ ਵਾਲਿਆਂ ਨੂੰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਜੇ ਧੁੱਪ ਆ ਤਾਂ ਛਾਂ ਆ, ਜੇ ਦਿਨ ਆ ਤਾਂ ਰਾਤ ਹੈ, ਸਮੇਂ ਇੱਕੋ ਜਿਹਾ ਨਹੀਂ ਰਹਿੰਦੇ, ਅਤੇ ਇਹ ਜਿਹੜੇ ਵੀ ਜ਼ਿਆਦਤੀਆਂ ਕਰਨਗੇ ਉਹ ਕੋਈ ਵੀ ਹੋਵੇ, ਅਕਾਲੀ ਦਲ ਇਸ ਗੱਲ ਨੂੰ ਯਕੀਨੀ ਬਣਾਊਗਾ ਕਿ ਉਹ ਜ਼ਿਆਦਤੀਆਂ ਕਰਨ ਵਾਲਿਆਂ ਨੂੰ ਕਾਨੂੰਨੀ ਕਟਹਿਰ ਵਿੱਚ ਖੜਾ ਕੀਤਾ ਜਾਵੇ। ਮੈਂ ਨਹੀਂ ਜੀ, ਪਾਣੀ ਤੱਕ ਨਹੀਂ ਦਿੱਤਾ, ਰੋਟੀ ਤਾਂ ਗੱਲ ਵੱਖਰੀ ਛੱਡੋ, ਕੰਬਲ ਨਹੀਂ ਦਿੱਤੇ, ਐਂਡ ਦੇਅਰ ਕੋਲੋਜ਼ ਵਾਰ ਰਿਮੂਵਡ, ਦਸਤਾਰ ਕੀ ਤੁਸੀਂ ਸਾਰੇ ਕੱਪੜੇ? ਹਾਂ ਉਹ ਜੀ ਸਾਰੇ ਹੀ ਲਾਹੇ ਕੇਸ, ਮੇਰੀ ਗੱਲ ਸੁਣੋ, ਉਹਨਾਂ ਦੀ ਕਕਾਰ ਕੀ ਮੈਨੇ ਰੱਖਦੇ ਜਿਹਨਾਂ ਨੇ ਕੇਸ ਪੱਟੇ, ਦਾੜੀ ਪੱਟੀ, ਉਹਨਾਂ ਲਈ ਕਕਾਰ ਦਾ ਕੋਈ ਮੈਨੇ? ਕਕਾਰ ਤਾਂ ਉਹਦੇ ਲਈ ਆ ਜਿਹੜਾ ਸਾਬ ਸੂਰਤ ਹੈ, ਜਿਹੜਾ ਰਹਿਤਧਾਰੀ ਹੈ, ਉਹਨਾਂ ਨੇ ਤਾਂ ਜੋ ਕਰ ਸਕਦੇ ਸੀ ਉਹ ਕੀਤਾ, ਜੋ ਇਸ ਧਰਤੀ 'ਤੇ ਅਣ ਸੁਣਿਆ ਸੀ ਉਹ ਕੀਤਾ, ਇਹ ਅੰਗਰੇਜ਼ ਦੇ ਰਾਜ 'ਚ ਹੁੰਦਾ ਸੁਣਿਆ ਸੀ, ਇਹ ਮੁਗਲ ਰਾਜ 'ਚ ਹੁੰਦਾ ਸੁਣਿਆ ਸੀ, ਪਰ ਕਾਂਗਰਸ ਦੇ ਰਾਜ 'ਚ ਇਹ 1984 ਸਾਨੂੰ ਦੁਬਾਰਾ ਯਾਦ ਕਰਾਤਾ ਇਹਨਾਂ ਨੇ।